ਤੂੰ ਮੇਰੀ ਗੱਲ ਸੁਣ ਓਏ ਜੀ, ਤੂੰ ਕੋਈ ਜ਼ਿੰਦਗੀ ਚ ਕੰਮ ਕਰਨਾ ਕੇ ਨਹੀਂ ਕਰਨਾ? ਬਹੁਤ ਕੰਮ ਕਰਨੇ ਆ ਜੀ। ਕਿਹੜੇ ਬਹੁਤ ਕਰਨੇ? ਬਹੁਤਾਂ ਚੋਂ ਇੱਕ ਹੀ ਕਰ ਲਾ, ਤੇਰੇ ਲਈ ਬਹੁਤ ਆ। ਨਹੀਂ ਭਾਜੀ ਮੈਂ ਉਹ ਤੈਨੂੰ ਮੰਡੀ ਜਗ੍ਹਾ ਲੈਵਾਂ, ਲੈ ਦੋ ਹੈ ਤੇ ਪਰ ਉੱਤੇ ਕਰਾਂਗੇ ਕੀ? ਕੁੱਤਿਆਂ ਦਾ ਖਿਆਲ ਰੱਖੀ ਕਰੀ, ਮਤਲਬ ਕਿਸੇ ਦੀ ਮਤਲਬ ਸਬਜ਼ੀ ਤਾਂ ਨਹੀਂ ਖਰਾਬ ਕਰਦੇ ਪਏ? ਉਥੇ ਉਹ ਜ਼ੁੰਬਾ ਆ ਗਿਆ, ਆ ਗਿਆ ਆਪ ਜੀ ਦੇ ਥਾਣੇ ਵਿੱਚ, ਚਾਰ ਵਾਲਾ ਵੀਰ ਆ ਗਿਆ। ਕਿਸੇ ਵੀ ਟਾਈਮ ਸਬਜ਼ੀ ਨਾ ਹੋਵੇ, ਦਾਲ ਨਾ ਹੋਵੇ, ਇਹ ਚਾਰ ਤੁਸੀਂ ਖਾ ਸਕਦੇ ਹੋ। ਸਬਜ਼ੀ ਦੀ ਲੋੜ ਨਹੀਂ ਪੈਂਦੀ, ਦਾਲ ਦੀ ਲੋੜ ਨਹੀਂ ਪੈਂਦੀ, ਇਹ ਚਾਰ ਮਿੱਟੀ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਹਨ। ਕੋਈ ਗੱਲ ਨੀ, ਦੁਬਾਰਾ ਬੋਲਣਾ ਕੋਈ ਐਸਾ ਇਸ਼ੂ? ਇਹੀ ਕਹਿਣਾ ਸੀ ਕਿ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਹਨ। ਪਹਿਲੇ ਤੋਂ ਮਿੱਟੀ ਕਹਿ ਗਏ, ਭੁਲੇਖੇ ਨਾਲ ਨਿਕਲ ਗਿਆ ਸੀ। ਵਾਹ ਜੀ ਵਾਹ, ਜਿਸ ਤਰ੍ਹਾਂ ਤਰ੍ਹਾਂ ਕੋਈ ਭੁਲੇਖਾ ਨਿਕਲਿਆ ਨਾ, ਏਦਾਂ ਮਿੱਟੀ ਹੋ ਜਾਣਾ ਤੂੰ ਕਿਸੇ ਦਿਨ। ਮਿੱਟੀ ਦੇ ਤੇਲ ਨਾਲ ਆਪ ਤਿਆਰ ਹੋਇਆ ਜੀ। ਅੱਛਾ, ਤਾਂ ਤੂੰ ਆਪ ਮਿੱਟੀ ਦਾ? ਹਾਂ, ਇਹ ਗੱਲ ਹੋ ਸਕਦੀ ਹੈ। ਚਾਰ ਖਾ ਕੇ ਅੱਗ ਦੇ ਕੋਲ ਚਲਾ ਗਿਆ ਹੋਣਾ ਨਾ? ਹਾਂ, ਐਸੀ ਗੱਲ ਹੋਈ ਸੀ? ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੂੰ ਤਾਂ ਆ ਗਿਆ ਹੈ, ਤੇ ਕੀ ਤੇਰਾ ਚਾਰ ਕਿੰਨਾ ਕੁ ਮਸ਼ਹੂਰ ਹੈ? ਬੜਾ ਮਸ਼ਹੂਰ ਹੈ ਜੀ, ਫਿਰੋਜ਼ਪੁਰ ਦੀ ਸਪੈਸ਼ਲ ਸਾਡੇ ਕੋਲ ਚੀਜ਼ ਹੈ। ਫਿਰੋਜ਼ਪੁਰ ਦੀ ਜੀ? ਵੇਚਣ ਤੂੰ ਇੱਥੇ ਆ ਕੇ ਫਿਰੋਜ਼ਪੁਰ ਨਹੀਂ ਵਿਕਦੀ? ਫਿਰ ਸਾਰੇ ਕਿਤੇ ਵੇਚਦਾ ਜੀ ਮੈਂ। ਬਾਕੀ ਚਾਰ ਵਾਲੇ ਸਾਹਿਬ ਆਏ ਆ, ਇਹਨਾਂ ਨਾਲ ਗੱਲ ਕਰ ਲਈਏ। ਚਾਰ ਸਾਹਿਬ, ਉਹ ਆਪਣਾ ਕੀ ਨਾਮ ਹੈ ਤੁਹਾਡਾ? ਲਾਲ ਹੈ? ਲਾਲ ਨਾਮ ਹੈ ਜੀ ਮੇਰਾ। ਉਹ ਤੇ ਬੇਟਾ ਹੋਣਾ, ਤੂੰ ਹਜੇ ਹਜੇ ਹੋਇਆ ਨਹੀਂ। ਇਹ ਲਾਲ ਹੋਇਆ ਅੰਦਰ ਤਿਆਰ ਕਰ, ਇਹਨੂੰ ਲਾਲ ਕਰੀਏ ਥੋੜਾ। ਇਹ ਨੀਲੇ ਹੁੰਦੇ ਆ ਹੈ? ਇਹ ਨੀਲੇ ਹੁੰਦੇ ਆ। ਉਹ ਤਾਂ ਬੇਟਾ ਧੁੱਪ ਚ ਹੁੰਦੇ ਆ ਨਾ। ਨਹੀਂ ਨਹੀਂ ਜੀ, ਉਹ ਮੇਰੇ ਉਸਤਾਦ ਦਾ ਨਾਂ ਨੀਲਾ ਹੈ। ਨੀਲਾ ਮੇਰੇ ਉਸਤਾਦ ਦਾ ਨਾਂ। ਕੀ ਬਾਤ, ਜਿਨ੍ਹਾਂ ਤੋਂ ਮੈਂ ਚਾਰ ਬਣਾਉਣ ਦਾ ਕੰਮ ਸਿੱਖਿਆ। ਅੱਛਾ ਅੱਛਾ, ਹਾਂਜੀ ਹਾਂਜੀ। ਤੁਸੀਂ ਮੇਰਾ ਇੱਕ ਵਾਰੀ ਚਾਰ ਖਾਓਗੇ, ਤਿੰਨ ਚਾਰ ਵਾਰੀ ਫੋਨ ਕਰੋਗੇ। ਆਹੋ, ਕੀ ਵਾਪਸ ਲੈ ਜਾ ਸਾਡੇ ਕੋਲ ਖਾਦਾ ਜਾਓਗੇ? ਨਹੀਂ ਨਹੀਂ, ਖਾਣ ਦੀ ਗੱਲ ਨਹੀਂ, ਤੁਸੀਂ ਇੱਕ ਵਾਰੀ ਟੇਸਟ ਕਰਕੇ ਦੇਖੋ। ਉਹ ਯਾਰ, ਮੈਂ ਇੱਦਾਂ ਨਹੀਂ ਟੇਸਟ ਕਰਦਾ ਹੁੰਦਾ, ਤੂੰ ਮੈਨੂੰ ਹੋਰ ਕੁਝ ਦੱਸ ਆਪਣੇ ਚਾਰ ਬਾਰੇ, ਕੋਈ ਕੋਈ ਸਪੈਸ਼ਲਿਟੀ ਦੱਸ। ਤੁਸੀਂ ਮੈਨੂੰ ਦੱਸੋ, ਮਤਲਬ ਦਾਲ 'ਚ ਕੀ ਕਰਦੇ ਹੁੰਦੇ ਤੁਸੀਂ? ਕੀ ਮਤਲਬ ਤੇਰਾ, ਦਾਲ 'ਚ ਇਹਨੇ ਕੀ ਕਰਨਾ? ਸਰ ਦਾਲ 'ਚ ਹੁੰਦੇ ਨਾ, ਮਤਲਬ ਕਹਿੰਦੇ ਹੁੰਦੇ। ਕੀ ਕਹਿੰਦੇ ਦਾਲ 'ਚ ਹੁੰਦੇ? ਸਰ ਕਹਿੰਦੇ ਦਾਲ 'ਚ ਕਾਲਾ ਹੁੰਦਾ ਤੇ ਦਾਲ 'ਚ ਕੀ ਹੁੰਦਾ ਫਿਰ? ਦਿਓ ਜਵਾਬ ਜੀ। ਮੈਂ ਕਿੱਥੇ ਦਾਲ 'ਚ ਹੁੰਦਾ, ਦਾਲ ਮੇਰੇ 'ਚ ਹੁੰਦੀ ਆ ਜੀ। ਹੈ? ਦਾਲ ਮੇਰੇ 'ਚ ਹੁੰਦੀ ਆ ਜੀ। ਉਦੋਂ ਤਾਂ ਕਾਲੀ ਦਾਲ ਹੀ ਕਾਲੀ ਹੋ ਜਾਂਦੀ ਹੈ ਨਾ। ਦਾਲ ਖਾਈ ਦੀ ਹੈ, ਦਾਲ ਵਿੱਚ ਥੋੜ੍ਹੀ ਆਪਾਂ ਬੈਠੀ ਦਾ। ਉਹ ਭਰਾ ਮੇਰਿਆ, ਸਰਾਣਾ ਇੱਧਰ ਰੱਖੋ ਚਾਹੇ ਇੱਧਰ ਰੱਖੋ, ਕਮਰ ਵਿੱਚ ਹੀ ਆਉਣੀ ਹੈ। ਚਾਹੇ ਤੂੰ ਦਾਲ 'ਚ ਹੋ ਜਾ, ਚਾਹੇ ਦਾਲ ਤੇਰੇ 'ਚ ਹੋ ਜਾਵੇ, ਰਹਿਣਾ ਵਿੱਚ ਦਾਲ 'ਚ ਤਾਂ ਕਾਲਾ ਹੀ ਹੈ ਨਾ। ਵੈਸੇ ਜਿੱਦਾਂ ਦੀ ਇਹਨਾਂ ਨੇ ਗੱਲ ਕੀਤੀ ਨਾ, ਕਿੱਦਾਂ ਦੀ, ਤੁਹਾਨੂੰ ਕਰਕੇ ਇਹਨਾਂ ਦੀ ਪ੍ਰਮੋਸ਼ਨ ਨਹੀਂ ਹੁੰਦੀ। ਇਹ ਤੁਹਾਨੂੰ ਗੱਲ ਦਾ ਕਿੱਦਾਂ ਪਤਾ ਕਿ ਇਹਨਾਂ ਦੀ ਪ੍ਰਮੋਸ਼ਨ ਨਹੀਂ ਹੁੰਦੀ? ਮੈਨੂੰ ਲੱਗਿਆ, ਬਸ ਅਬਜ਼ਰਵ ਕੀਤਾ। ਅਬਜ਼ਰਵ, ਸ਼ੁਕਰ ਹੈ, ਮੈਨੂੰ ਲੱਗਾ ਕਹਿੰਦਾ ਰਿਜ਼ਰਵ ਕੀਤਾ। ਸਰ ਵਾਸ਼ਿੰਗ ਮਸ਼ੀਨ 'ਚ ਜਦੋਂ ਪਜਾਮੇ ਦੇ ਨਾਲ ਬਨੈਣ ਨਹੀਂ ਫਸ ਜਾਂਦੀ ਤਾਂ ਐ ਲਪੇਟੇ ਖਾ ਗਏ, ਉਦਾਂ ਦਾ ਮੂੰਹ ਆਇਆ। ਇੱਕ ਮਿੰਟ ਹੋਇਆ, ਬਨਾਨ ਫਟੀ ਹੋਈ ਤੇ ਨਹੀਂ ਕਿਤੇ? ਸਰ ਥੋੜੀ ਥੋੜੀ ਫਟੀ। ਸੇਮ ਆ, ਸੇਮ ਆ, ਸੇਮ, ਬਿਲਕੁਲ ਸਹੀ ਕਿਹਾ ਤੂੰ ਜਨਾਬ। ਹਾਂ, ਮਿਰਚਾਂ ਦਾ ਚਾਰ ਲੈ ਲਓ ਜੀ। ਕਈ ਵਾਰੀ ਨਾ ਦਾਲ 'ਚ ਲੂਣ ਮਿਰਚ ਘੱਟ ਹੁੰਦਾ ਜੀ। ਇਸ ਗੱਲ ਦੀਆਂ ਮਿਰਚਾਂ ਤੈਨੂੰ ਮੇਰੇ ਖਿਆਲ ਨਾਲ ਹਰ ਰੋਜ਼ ਹੀ ਲੱਗਦੀਆਂ, ਦਾਲ 'ਚ ਲੂਣ ਘੱਟ ਹੁੰਦਾ? ਹਾਂ ਲੂਣ। ਸਰ ਕੁੱਕ ਨੂੰ ਕਹਿ ਦੇ। ਹਾਂ, ਕੁੱਕ ਨੂੰ ਸਰ ਕੀ ਕੀ ਕਹਿਣਾ? ਉਹਨੂੰ ਕਹਿ ਦਾਲ ਬੰਦ ਕਰ ਦੇ ਦੀ ਅੱਜ ਤੋਂ ਬਾਅਦ, ਠੀਕ ਆ? ਹੁਣ ਨਾ ਦਾਲ ਹੋਏਗੀ ਨਾ ਮਿਰਚਾਂ ਹੋਣਗੀ। ਉਹ ਲੈ ਲਓ ਜੀ, ਸੁੱਕੀ ਰੋਟੀ ਖਵਾਓ ਇਹਨੂੰ। ਉਹ ਚਾਰ ਲੈ ਲਓ ਜੀ, ਸਬਜ਼ੀ ਦੀ ਲੋੜ ਨਹੀਂ ਪੈਣੀ। ਨਾਲੇ ਚਾਰ ਛੱਡ, ਮੇਰੇ ਕੋਲ ਦੋ ਲੈ ਲਈਆਂ ਨਾ, ਤੂੰ ਤੇ ਚੁੱਪ ਕਰਕੇ ਖਲੋ ਜਾਣਾ। ਸਬਜ਼ੀ ਦੀ ਲੋੜ ਨਹੀਂ ਪੈਣੀ, ਨਾਲੇ ਘਰ ਵਾਲੇ ਤੋਂ ਕੁੱਟ ਨਹੀਂ ਪੈਣੀ। ਆ ਮੇਰਾ ਮਤਲਬ ਵੀ ਮਿਹਨਤ ਦੀ ਲੋੜ ਨਹੀਂ ਪੈਣੀ, ਤੁਸੀਂ ਜਦੋਂ ਮਰਜ਼ੀ ਖਾ ਸਕਦੇ ਹੋ। ਅੱਛਾ, ਮਿਹਨਤ ਦੀ ਲੋੜ ਨਹੀਂ ਪੈਣੀ? ਹੂੰ, ਚਾਰ ਨੂੰ ਖਾਣ ਦੀ ਮਿਹਨਤ ਦੀ ਲੋੜ ਕਿੱਥੇ ਪੈਂਦੀ ਮੈਨੂੰ ਦੱਸੀ ਯਾਰ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਸਬਜ਼ੀ ਬਣਾਉਣ ਦੀ ਲੋੜ ਨਹੀਂ ਪੈਣੀ, ਸਬਜ਼ੀ ਤੇ ਤਾਂ ਮਿਹਨਤ ਲੱਗਦੀ ਆ। ਅੱਛਾ, ਕਹਿਣ ਦਾ ਭਾਵ ਕਿ ਜੇ ਤਰ੍ਹਾਂ ਅਸੀਂ ਚਾਰ ਖਾ ਲਈ ਤਾਂ ਸਬਜ਼ੀ ਬਣਾਉਣ ਦੀ ਲੋੜ ਹੀ ਨਹੀਂ। ਲੋੜ ਹੀ ਨਹੀਂ, ਚਾਰ ਨਾਲ ਹੀ ਰੋਟੀ ਖਾ ਸਕਦੇ ਹਾਂ। ਚਾਰ ਨਾਲ ਖਾ ਸਕਦੇ ਹਾਂ, ਫਿਰ ਤੇ ਲੈ ਲਓ ਸਰ, ਸਬਜ਼ੀ ਵੀ ਮਹਿੰਗੀ ਵੀ ਬੜੀ ਹੋਈ ਅੱਜ ਕੱਲ੍ਹ। ਅੱਛਾ, ਹਾਂਜੀ ਸਰ। ਸਰ ਇਹ ਚਾਰ ਇੰਨਾ ਟੇਸਟੀ ਆ, ਤੁਸੀਂ ਕਿਸੇ ਨੂੰ ਗਿਫਟ ਕਰੋਗੇ, ਤੁਹਾਡੀ ਪ੍ਰਮੋਸ਼ਨ ਪੱਕੀ। ਮੇਰੇ ਮੇਰੀ ਬਾਹ ਤੇ ਮਸਾਲਾ ਡਿੱਗਣ, ਮੈਂ ਇੱਥੋਂ ਦੀ ਛੱਡਵਾਂ ਮੁੱਕਾ ਮਾਰਨਾ, ਇਹ ਧਿਆਨ ਰੱਖੀ ਥੋੜਾ ਜਿਹਾ। ਨਹੀਂ ਬੰਦ ਹੈ ਜੀ। ਹਾਂ ਚੱਲ, ਮੈਂ ਇਹ ਕਹਿ ਰਿਹਾ ਸੀ ਜੇ ਤੁਸੀਂ ਚਾਰ ਕਿਸੇ ਨੂੰ ਗਿਫਟ ਕਰੋਗੇ, ਤੁਹਾਡੀ ਪ੍ਰਮੋਸ਼ਨ ਪੱਕੀ। ਸਰ ਇਹ ਤੁਸੀਂ ਖਾ ਕੇ ਕੋਈ ਵੇਚ ਦੇ ਚਾਰ ਡੱਬਾ? ਉਹ ਇਹ ਚਾਰ ਤਾਂਤਰਿਕ ਨੇ ਬਣਾਇਆ ਮੰਤਰ ਮਾਰ ਕੇ ਕਿ ਇਹਨੂੰ ਮੈਂ ਕਿਸੇ ਨੂੰ ਦਵਾਂਗਾ ਤੇ ਉਹ ਹੋ ਜਾਣਾ। ਇਹ ਖੂਬਸੂਰਤ ਹੱਥਾਂ ਨਾਲ ਬਣਿਆ ਜੀ, ਮਿਹਨਤ ਵਾਲੇ ਹੱਥਾਂ ਨਾਲ ਬਣਿਆ। ਖੂਬਸੂਰਤ ਹੱਥ? ਹਾਂਜੀ, ਖੂਨ ਪਸੀਨੇ ਨਾਲ ਬਣਿਆ ਹੋਇਆ ਇਹ। ਕਿਹਦੇ ਨਾਲ? ਖੂਨ ਪਸੀਨੇ ਹੋਏ ਨਾਲ ਬਣਿਆ। ਮੈਨੂੰ ਲੱਗਾ ਮਸਾਲਿਆਂ ਨਾਲ ਬਣਾਇਆ, ਮਰ ਜਾਣਾ ਗੰਦਾ ਜਾ। ਕਿਹੜਾ ਚਾਰ ਖੂਨ ਆ ਗਿਆ ਸਾਨੂੰ ਖੂਨ ਪਸੀਨੇ ਵਾਲਾ? ਤੁਸੀਂ ਗਲਤ ਸਮਝ ਗਏ। ਦਰਅਸਲ ਮਿਹਨਤ ਲੱਗੀ ਆ ਖੂਨ ਪਸੀਨੇ ਦੀ। ਆਪਾਂ ਜਦੋਂ ਜ਼ਮੀਨ ਵਾਹਨੇ ਆ ਉਹਦੇ ਤੇ ਵੀ ਖੂਨ ਪਸੀਨੇ ਦੀ ਮਿਹਨਤ ਲੱਗਦੀ ਆ। ਡੱਬਾ ਖੋਲਦੇ ਉਹਨੂੰ 10 ਸਾਲ ਲੱਗ ਜਾਣੇ ਇਸ ਹਿਸਾਬ ਨਾਲ ਖੋਲਦੇ ਉਹਨੂੰ। ਛੱਡ ਪਰੇ ਨੇ ਚੈੱਕ ਕਰ ਲੈਣਾ ਹੀ। ਅੱਛਾ, ਮੈਂ ਇੱਕ ਹੀ ਡੱਬਾ ਲਿਆ ਜੀ ਮਤਲਬ ਵੇਚਣ ਲਈ, ਉਹਦੇ 'ਚ ਵੀ ਹੈ ਨਹੀਂ। ਹਾਂਜੀ ਸਰ, ਖਾ ਗਿਆ, ਦੁੱਖ ਚਾਰ ਲੈ ਗਿਆ। ਨਹੀਂ ਨਹੀਂ ਜੀ, ਇਹ ਸਿੰਪਲ ਹੈ ਜੀ। ਸਿੰਪਲ? ਹਾਂਜੀ, ਸੈਂਪਲ ਹੁੰਦਾ, ਸੈਂਪਲ ਹੁੰਦਾ।
ਡਿਫਿਕਲਟ ਹੈ। ਅਸੀਂ ਸਾਈ ਮਿਲੇ ਤੇ ਫੇਰ ਪਾਨੇ ਆ ਚਾਰ। ਸਾਈ ਮਿਲੇ ਤੇ ਫੇਰ ਚਾਰ ਪਾਨੇ? ਹਾਂਜੀ। ਉਹ ਤੇ ਤੁਹਾਨੂੰ ਮਰਦਵਾਨ ਵੀ ਮਿਲੇ, ਉਹ ਚ ਵੀ ਪਾ ਸਕਦੇ ਹੋ। ਸਾਈ ਮਿਲਣ ਦੀ ਕੀ ਕਾਹਦੀ ਵੇਟ ਕਰਦੇ? ਜਦੋਂ ਮਤਲਬ ਕੋਈ ਪੈਸੇ ਦੇਵੇ ਨਾ ਸਾਨੂੰ ਵੀ ਭਾਈ ਚਾਰ, ਅਸੀਂ ਤੈਨੂੰ ਵੀ ਪੈਸੇ ਦਿੰਦਾ ਕੋਈ? ਮੈਨੂੰ ਐ ਲੱਗਦਾ ਜਿੱਦਾਂ ਤੇਰੀ ਸ਼ਕਲ ਹੈ, ਤੈਨੂੰ ਤੇ ਸ਼ਾਨਪੁਰਾ ਜਿਹਾ ਦੇਖ ਕੇ ਜਾਂ ਪੁਰਾਣੀਆਂ ਰੋਟੀਆਂ ਦੇ ਕੇ ਤਾਸ ਸਾਰ ਦਿੰਦੇ ਹੋਣੇ, ਤੂੰ ਵੀ ਪੈਸੇ ਲੈ ਲੈ। ਨਹੀਂ ਜੀ, ਅਸੀਂ ਅੱਛਾ ਆਖਰੀ ਵਾਰ 50 ਦਾ ਨੋਟ ਕਦੋਂ ਦੇਖਿਆ ਸੀ? ਸੱਚ ਦੱਸੀ। ਸਰ ਮੈਂ ਤਾਂ ਦੇਖਦਾ ਹੀ ਰਹਿੰਦਾ ਜੀ 50 ਦੇ ਨੋਟ। ਹੈਂ? ਦੇਖਦਾ ਹੀ ਰਹਿੰਦਾ ਜੀ 50 ਦੇ ਨੋਟ। ਬੇਟਾ ਇੰਨਾ ਵੀ ਨਾ ਦੇਖ, ਲੋਕਾਂ ਨੂੰ ਸ਼ੱਕ ਹੋ ਗਿਆ ਕਿ ਇਹਨੇ ਚੋਰੀ ਕਰ ਲੈਣੇ, ਕੁੱਟਣਗੇ। ਜਦੋਂ ਆਪਣੇ ਹੋਣਗੇ ਨਾ ਉਦੋਂ ਦੇਖਣਾ, ਉਦੋਂ ਮਹੀਨੇ ਦੀ ਛੁੱਟੀਆਂ ਲੈ ਕੇ। ਲੋਕੀ 50 ਤੋਂ ਵੱਧ ਚਾਰ ਲੈਂਦੇ ਹੀ ਨਹੀਂ ਜੀ, ਮੈਂ 50 ਦਾ ਨੋਟ ਦੇਖਦੇ ਹੀ ਰਹਿੰਦਾ ਇਸੇ ਕਰਕੇ। ਚਲੋ ਉਹ ਤਾਂ ਠੀਕ ਹੈ, ਮੈਨੂੰ ਸਿਰਫ ਇਹ ਦੱਸ ਕੇ ਤੇਰੀ ਵੈਰਾਈਟੀ ਕੀ ਕੀ ਹੈ ਹੁਣ ਚਾਰ 'ਚ? ਮੇਰੇ ਕੋਲੇ ਡੇਲਿਆਂ ਦਾ ਚਾਰ ਹੈ ਜੀ। ਓਏ ਇਹ ਕਿਹੜੇ ਚਾਰ ਖੋਣ ਲੱਗ ਪਿਆ ਸਾਨੂੰ, ਡੇਲਿਆਂ ਦੇ, ਨੱਕ ਦੇ, ਕੰਨਾਂ ਦੇ? ਸਰ ਤੁਸੀਂ ਗਲਤ ਸੋਚ ਰਹੇ ਹੋ, ਡੇਲਿਆਂ ਦਾ ਚਾਰ, ਢਿਊ ਦਾ ਚਾਰ, ਕਰੇਲਿਆਂ ਦਾ ਚਾਰ। ਢਿਊ ਦਾ ਚਾਰ ਕਿਉਂ ਹੈ ਤੇਰੇ ਕੋ? ਕਿਉਂ ਜੀ? ਢਿਊ ਢਿਊ ਕਿਉਂ? ਪੁੱਠੀ ਟੀਅਰ ਦਾ ਮੂੰਹ ਹੈ ਤੇਰਾ, ਟਹੂ ਚੈੱਕ ਕਰ ਲੈਣੇ। ਟਹੂ ਜਦੋਂ ਤੈਨੂੰ ਟਹੂ ਨਾ ਪਤਾ ਲੱਗੂ।